ਜਿਵੇਂ ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਅੰਦਰ ਜਿਹੜੇ ਹੜ੍ਹ ਆਏ ਨੇ, ਸੁਲਤਾਨਪੁਰ ਲੋਧੀ ਦਾ ਜਿਹੜਾ ਇਲਾਕਾ ਹੈ ਲੋਹੀਆਂ ਦੇ ਨੇੜੇ 30-35 ਪਿੰਡ ਜਿਨ੍ਹਾਂ 'ਚ ਹੜ੍ਹਾਂ ਦੀ ਬਹੁਤ ਜਿਹੜਾ ਮਾਰ ਹੋਈ ਹੈ, ਨੁਕਸਾਨ ਹੋਇਆ ਹੈ। ਅੱਜ ਵਿਸ਼ਵ ਗੁਰੂ ਤਰਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਤਵਾੜਾ ਸਾਹਿਬ ਤੋਂ ਜਿਸ ਦੇ ਮੌਜੂਦਾ ਮੁਖੀ ਸੰਤ ਬਾਬਾ ਲਖਵੀਰ ਸਿੰਘ ਜੀ ਜਿਹੜੇ ਇਸ ਵੇਲੇ ਕੈਨੇਡਾ ਵਿਖੇ ਗੁਰਮਤਿ ਪ੍ਰਚਾਰ ਫੇਰੀ ਵਾਸਤੇ ਗਏ ਹੋਏ ਹਨ, ਉਹਨਾਂ ਨੇ ਇੱਥੇ ਸਾਰੇ ਸੇਵਾਦਾਰਾਂ ਨੂੰ ਪ੍ਰਬੰਧਕਾਂ ਨੂੰ ਫੋਨ ਕਰਕੇ ਸਾਰੀ ਸਥਿਤੀ ਦਾ ਜਦੋਂ ਜਾਇਜ਼ਾ ਲਿਆ ਤਾਂ ਉਹਨਾਂ ਨੇ ਆਪਣੇ ਟਰੱਸਟ ਦੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਜਿਸ ਚੀਜ਼ ਦੀ ਉਸ ਇਲਾਕੇ ਵਿੱਚ ਲੋੜ ਹੈ ਤੁਸੀਂ ਸਾਰੇ ਜਾ ਕੇ ਉਹ ਜਿਹੜੀ ਸੇਵਾ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ 'ਤੇ ਇਹ ਮੁਸੀਬਤ ਆਈ ਹੈ, ਕੁਦਰਤੀ ਆਫਤ ਆਈ ਹੈ, ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਉਹਨਾਂ ਦੀ ਜੋ ਵੀ ਮਦਦ ਕਰ ਸਕਦੇ ਹਾਂ ਜਾ ਕੇ ਕਰੀਏ। ਅਤੇ ਉਹਨਾਂ ਦੇ ਹੁਕਮ ਅਨੁਸਾਰ ਇਸ ਇਲਾਕੇ ਦੇ ਸੰਤ ਬਾਬਾ ਪਾਲ ਸਿੰਘ ਜੀ ਨਿਰਮਲ ਕੁਟੀਆ ਲੋਹੀਆਂ ਵਾਲੇ, ਇਹਨਾਂ ਨਾਲ ਸੰਪਰਕ ਕੀਤਾ ਗਿਆ। ਜਦੋਂ ਸੰਤ ਬਾਬਾ ਪਾਲ ਸਿੰਘ ਜੀ ਨਿਰਮਲ ਕੁਟੀਆ ਲੋਹੀਆਂ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਇਹ ਸੋਚਿਆ ਗਿਆ ਕਿ ਇਸ ਇਲਾਕੇ ਦਾ ਸਰਵੇ ਕੀਤਾ ਜਾਵੇ। ਬਾਬਾ ਜੀ ਨੇ ਫੋਨ 'ਤੇ ਦੱਸਿਆ ਕਿ ਇਸ ਇਲਾਕੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਪਿੰਡਾਂ ਵਾਲੇ ਨੇ ਸੰਤ ਮਹਾਂਪੁਰਸ਼ ਕਾਰ ਸੇਵਾ ਵਾਲੇ, ਬਹੁਤ ਸਾਰੀ ਮਦਦ ਉਹਨਾਂ ਵੱਲੋਂ ਪਹੁੰਚਾਈ ਜਾ ਰਹੀ ਹੈ, ਪਰ ਜਿਹੜੀ ਹੁਣ ਇਸ ਇਲਾਕੇ ਵਿੱਚ ਲੋੜ ਸੀ ਮੱਛਰਦਾਨੀਆਂ ਦੀ, ਕਿਉਂਕਿ ਇਸ ਇਲਾਕੇ ਦੇ ਵਿੱਚ 10-12 ਫੁੱਟ ਪਾਣੀ ਜਿਹੜਾ ਉਹ ਚੜ੍ਹਿਆ ਰਿਹਾ, ਕਈ ਦਿਨ ਚੜ੍ਹਿਆ ਰਿਹਾ। ਫਸਲਾਂ ਜਿਹੜੀਆਂ ਸੀ, ਧਾਨ ਦੀ ਜਿਹੜੀ ਜੀਰੀ ਦੀ ਫਸਲ ਸੀ, ਬਹੁਤ ਪੂਰੇ ਜੋਵਨ 'ਤੇ ਸੀ, ਨਿਸਰਨ ਨੂੰ ਤਿਆਰ ਸੀ, ਪਰ ਜਦੋਂ ਜਾ ਕੇ ਇਸ ਇਲਾਕੇ 'ਚ ਦੇਖਿਆ ਗਿਆ ਕਿ ਧਾਨ ਦੇ ਭਰੇ ਹੋਏ ਖੇਤ ਜਿਹੜੇ ਬਿਲਕੁਲ ਮਿੱਟੀ ਦੀ ਤਰ੍ਹਾਂ ਮਿੱਟੀ ਹੀ ਬਣ ਚੁੱਕੇ ਨੇ, ਅਤੇ ਅਜੇ ਵੀ 4-4-5-5 ਫੁੱਟ ਇਹਨਾਂ ਪਿੰਡਾਂ ਵਿੱਚ ਜਾਂ ਖੇਤਾਂ ਵਿੱਚ ਖੜ੍ਹਾ ਹੈ, ਅਤੇ ਬਹੁਤ ਜਿਹੜੀ ਸਮੈਲ ਹੈ ਉਸ ਗਲੇ ਸੜੇ ਧਾਨ ਦੀ ਆ ਰਹੀ ਹੈ। ਬਾਬਾ ਜੀ ਨੇ ਫੋਨ 'ਤੇ ਦੱਸਿਆ, ਸੰਤ ਬਾਬਾ ਪਾਲ ਸਿੰਘ ਨੇ, ਕਿ ਇਹਨਾਂ ਇਲਾਕੇ ਵਿੱਚ ਇਹਨਾਂ ਪਿੰਡਾਂ ਵਿੱਚ ਮੱਛਰਦਾਨੀਆਂ ਦੀ ਜ਼ਿਆਦਾ ਜ਼ਰੂਰਤ ਹੈ। ਸੋ ਤਵਾੜਾ ਸਾਹਿਬ ਦੇ ਟਰੱਸਟ ਵੱਲੋਂ ਇਹ ਫੈਸਲਾ ਕਰਕੇ ਅੱਜ ਇੱਕ ਟਰੱਕ ਮੱਛਰਦਾਨੀਆਂ ਅਤੇ ਨਾਲ ਉਹਨਾਂ ਦੀਆਂ ਸੋਟੀਆਂ ਜਿਹੜੀਆਂ ਲਾਠੀਆਂ ਨੇ ਨਾਲ ਭਰ ਕੇ ਲਿਆਂਦਾ ਗਿਆ, ਅਤੇ ਇਸ ਇਲਾਕੇ ਦੇ 4-5 ਪਿੰਡਾਂ ਵਿੱਚ ਇਹ ਜਿਹੜੀ ਸੇਵਾ ਤਵਾੜਾ ਸਾਹਿਬ ਦੇ ਟਰੱਕ ਦੇ ਸੇਵਾ ਨਾਲ, ਅਜੇ ਵੀ ਸਾਡੇ ਕੋਲ ਮੱਛਰਦਾਨੀਆਂ ਅਜੇ 1/3 ਤੀਸਰਾ ਹਿੱਸਾ ਲੱਗੀਆਂ ਨੇ ਅਤੇ ਹੋਰ ਵੀ ਤਵਾੜਾ ਸਾਹਿਬ ਪਈਆਂ ਨੇ। ਤਵਾੜਾ ਸਾਹਿਬ ਵੱਲੋਂ ਪਹਿਲੇ ਰਾਊਂਡ 'ਤੇ ਲੰਗਰਾਂ ਦੀ ਸੇਵਾ ਕੀਤੀ ਗਈ, ਦੂਸਰੇ ਰਾਊਂਡ 'ਤੇ ਮੱਛਰਦਾਨੀਆਂ ਦੀ ਸੇਵਾ, ਅਗਲਾ ਜਿਹੜਾ ਰਾਊਂਡ ਹੈ ਇਹਨਾਂ ਦੇ ਦੱਸਣ ਮੁਤਾਬਕ ਕਿ ਇੱਥੇ ਆਲੂਆਂ ਅਤੇ ਪਿਆਜ਼ਾਂ ਦੀ ਬਹੁਤ ਜ਼ਰੂਰਤ ਹੈ, ਅਤੇ ਇੱਕ ਗਰਮ ਬਿਸਤਰੇ, ਰਜਾਈਆਂ, ਕੰਬਲ, ਬਿਸਤਰੇ ਜਿਹੜੇ ਉਹ ਵੀ ਚਾਹੀਦੇ ਨੇ। ਅਗਲਾ ਰਾਊਂਡ ਜਿਹੜਾ ਹੋਏਗਾ ਤਵਾੜਾ ਸਾਹਿਬ ਦਾ ਉਹ ਇਸ ਇਲਾਕੇ ਵਿੱਚ ਗਰਮ ਬਿਸਤਰੇ, ਰਜਾਈਆਂ, ਤਲਾਈਆਂ, ਸਰਾਣੇ, ਚਾਦਰਾਂ ਉਹ ਸਾਰੀਆਂ ਵੰਡੀਆਂ ਜਾਣਗੀਆਂ। ਕਿਵੇਂ ਕਿਵੇਂ ਇਸ ਇਲਾਕੇ ਵਿੱਚ ਜਦੋਂ ਸਾਰੇ ਸੇਵਾਦਾਰਾਂ ਨੇ ਆ ਕੇ ਦੇਖਿਆ, ਮੇਰੇ ਨਾਲ ਸ਼੍ਰੀ ਮਾਨ ਜੀ ਬਾਬਾ ਕਰਨੈਲ ਸਿੰਘ ਜੀ, ਭਾਈ ਗੁਰਮੁਖ ਸਿੰਘ ਜੀ, ਹੋਰ ਡੇਰੇ ਦੇ ਸਿੰਘ ਅਤੇ ਚੰਡੀਗੜ੍ਹ ਤਵਾੜਾ ਸਾਹਿਬ ਦੇ ਇਲਾਕੇ ਦੀਆਂ ਸੰਗਤਾਂ ਪਹੁੰਚੇ ਨੇ, ਆ ਕੇ ਦੇਖਿਆ ਕਿ ਸੁਣਨਾ ਗੱਲ ਹੋਰ ਹੁੰਦੀ ਹੈ ਜਦੋਂ ਦੇਖ ਕੇ ਜਿਹੜਾ ਮਨ ਨੂੰ ਖੇਦ ਹੋਇਆ ਜਾਂ ਦੁੱਖ ਹੋਇਆ ਕਿ ਇੰਨੇ ਇਹ ਲੋਕ ਇੰਨਾ ਚੜ੍ਹਦੀ ਕਲਾ ਵਿੱਚ ਸਨ, ਇਹਨਾਂ ਦੇ ਖੇਤਾਂ ਫਸਲਾਂ ਤੋਂ ਲੱਗਦਾ ਹੈ, ਪਰ ਅੱਜ ਜਿਹੜੀ ਇਹਨਾਂ ਨੂੰ ਕੁਦਰਤੀ ਮਾਰ ਪਈ ਹੈ ਜਾਂ ਇਹ ਤਬਾਹੀ ਹੋਈ ਹੈ, ਬੜਾ ਸਾਰਿਆਂ ਨੂੰ ਦੁੱਖ ਹੋਇਆ। ਸੰਤ ਬਾਬਾ ਪਾਲ ਸਿੰਘ ਜੀ ਨਿਰਮਲ ਕੁਟੀਆ ਲੋਹੀਆਂ ਵਾਲੇ ਉਹ ਵੀ ਸਾਡੇ ਨਾਲ ਸਵੇਰ ਦੇ ਲੱਗੇ ਹੋਏ ਨੇ, ਗੋਡੇ ਗੋਡੇ ਪਾਣੀ ਵਿੱਚ ਨਾਲ ਘੁੰਮੇ ਨੇ। ਸੋ ਆਪਾਂ ਇਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।